ਇਸ ਪ੍ਰੀਖਣ ਲਈ ਤੁਹਾਨੂੰ ਬੋਤਲ ਵਾਲਾ ਬ੍ਰਸ਼ ਅਤੇ ਇੱਕ ਪੀਵੀਸੀ ਪਾਈਪ ਚਾਹੀਦੀ ਹੈ। ਪਾਈਪ ਇੰਨੀ ਕੁ ਚੌੜੀ ਹੋਣੀ ਚਾਹੀਦੀ ਹੈ ਕਿ ਬੁਰਸ਼ ਉਸ ਦੇ ਅੰਦਰ ਹੀ ਰਹੇ। ਅੱਧਾ ਬੁਰਸ਼ ਪਾਈਪ ਦੇ ਅੰਦਰ ਰੱਖੋ। ਆਪਣੇ ਸੱਜੇ ਹੱਥ ਨਾਲ ਪਾਈਪ ਨੂੰ ਸਿੱਧਾ ਫੜੋ ਅਤੇ ਖੱਬੇ ਹੱਥ ਨੂੰ ਉੱਪਰੋਂ ਜ਼ੋਰ ਦੀ ਮਾਰੋ। ਬੁਰਸ਼ ਹੌਲੀ ਹੌਲੀ ਉੱਪਰ ਆ ਜਾਵੇਗਾ। ਜੇ ਤੁਸੀਂ ਪਾਈਪ ਨੂੰ ਸਿਰਫ ਫੜ ਕੇ ਰੱਖੋ ਅਤੇ ਹਿਲਾਈ ਜਾਓ ਤਾਂ ਬੁਰਸ਼ ਉੱਪਰ ਨਹੀਂ ਆਵੇਗਾ। ਹੁਣ ਪਾਈਪ ਨੂੰ ਟੇਬਲ ਉੱਪਰ ਰੱਖ ਦਿਓ। ਜੇ ਤੁਸੀਂ ਹੁਣ ਉੱਪਰ ਮਾਰੋਗੇ ਤਾਂ ਕੁਝ ਨਹੀਂ ਹੋਣਾ। ਅਖੀਰ ਵਿੱਚ ਮੈਗਜ਼ੀਨ ਨੂੰ ਮੋੜੋ ਤੇ ਪਾਈਪ ਬਣਾਓ। ਉਸ ਵਿੱਚ ਬੋਤਲ ਦਾ ਬ੍ਰਸ਼ ਪਾਓ, ਪਾਈਪ ਨੂੰ ਫੜੋ ਅਤੇ ਉੱਪਰੋਂ ਮਾਰੋ। ਬੁਰਸ਼ ਉੱਪਰ ਆ ਜਾਵੇਗਾ।